ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨਿੱਜੀ ਦਿਲਚਸਪੀ ਦੇ ਵਿੱਚ ਮੋਗਾ ਦੇ ਵਿੱਚ ਇਸ ਫੋਕਲ ਪੁਆਇੰਟ ਦੀ ਸਥਾਪਨਾ ਕੀਤੀ ਗਈ ਤਾਂ ਕਿ ਕਿਸਾਨਾਂ ਨੂੰ ਸਸਤੇ ਭਾਅ ਦੇ ਵਿੱਚ ਖੇਤੀਬਾੜੀ ਕਰਨ ਦੇ ਔਜ਼ਾਰ ਸਸਤੇ ਮਿਲ ਸਕਣ ਔਰ ਇੱਥੋਂ ਦਾ ਬਣਿਆ ਥਰੈਸ਼ਰ ਪੂਰੇ ਭਾਰਤ ਦੇ ਵਿੱਚ ਜਾਣ ਲੱਗਿਆ। ਪਰ ਸਮੇਂ ਦੇ ਨਾਲ ਨਾਲ ਮੋਗਾ ਦੀਆਂ ਇਹਨਾਂ ਫੋਕਲ ਪੁਆਇੰਟ ਦੀਆਂ ਸੁਵਿਧਾਵਾਂ ਨਾ ਮਿਲਣ ਦੇ ਕਾਰਨ ਇਹ ਇੰਡਸਟਰੀ ਬੰਦ ਹੋ ਗਈ ਹੈ। ਹੁਣ ਫੋਕਲ ਪੁਆਇੰਟ ਦੀ ਸੂਰਤ ਹਾਲ ਇਹ ਹੈ ਕਿ ਇੱਥੇ ਦੇ ਬਣੇ ਫੈਕਟਰੀਆਂ ਆਪਣਾ ਕਾਰੋਬਾਰ ਬੰਦ ਕਰਕੇ ਦੂਜੇ ਸੂਬਿਆਂ ਦੇ ਵਿੱਚ ਜਾ ਰਹੀਆਂ ਨੇ। ਕਾਰਨ ਸਮੇਂ ਦੀ ਸਰਕਾਰਾਂ ਦੇ ਵੱਲੋਂ ਇਸ ਵੱਲ ਤਵੱਜੋ ਨਾ ਦੇਣਾ ਦੱਸਿਆ ਜਾ ਰਿਹਾ। ਸਮੇਂ ਦੀਆਂ ਸਰਕਾਰਾਂ ਦੀਆਂ ਨੀਤੀਆਂ ਤੁਸੀਂ ਆਪ ਹੀ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ। ਇੱਥੋਂ ਦੀਆਂ ਸੜਕਾਂ ਦਾ ਹਾਲ, ਪਾਣੀ ਦੀ ਵਿਵਸਥਾ, ਹਸਪਤਾਲ ਬੰਦ ਹੋਣੇ, ਦੂਜੇ ਪਾਸੇ ਲੇਬਰ ਦਾ ਨਾ ਮਿਲਣਾ ਅਤੇ ਸਰਕਾਰ ਦੇ ਵੱਲੋਂ ਕਈ ਸਬਸਿਡੀਆਂ ਨਾ ਦੇਣਾ, ਜਿਸ ਦੇ ਕਾਰਨ ਅੱਜ ਇਹ ਵਪਾਰ ਬੰਦ ਹੋਣ ਦੀ ਕਗਾਰ ਤੇ ਹੈ। ਦੇਖੋ, ਮੈਂ ਸੋਪ ਮੈਨੂਫੈਕਚਰ ਲਾਂਡਰੀ ਸੋਪ ਅਸੀਂ ਇੱਥੇ ਮੈਨੂਫੈਕਚਰ ਕਰਦੇ ਹਾਂ। ਅੱਜ ਤੋਂ 20 ਸਾਲ ਪਹਿਲਾਂ ਇੱਥੇ 9 ਫੈਕਟਰੀਆਂ ਸੀ, ਅੱਜ ਇੱਕ ਫੈਕਟਰੀ ਰਹਿ ਗਈ। ਇੰਡਸਟਰੀ ਦਿਨ ਬ ਦਿਨ, ਚਾਹੇ ਕਿਸੇ ਕਿਸਮ ਦੀ, ਚਾਹੇ ਲੋਹੇ ਦੀ ਹੈ, ਚਾਹੇ ਕੋਈ ਸਪੇਅਰ ਪਾਰਟਸ ਬਣਾਉਂਦੀ ਹੈ, ਚਾਹੇ ਮੈਂ ਜਿਵੇਂ ਲਾਂਡਰੀ ਸੋਪ ਬਣਾਉਂਦਾ, ਇਹ ਡਾਊਨਫਾਲ ਜਾ ਰਿਹਾ। 1978 ਦਾ ਫੋਕਲ ਪੁਆਇੰਟ ਇੱਥੇ ਸੈਟਅਪ ਹੋਇਆ ਗਿਆ, ਇਹ ਅੱਜ ਵੀ ਫੇਲ ਹੈ। ਅੱਜ ਤੋਂ 20 ਸਾਲ ਪਹਿਲਾਂ ਵੀ ਫੇਲ ਸੀ, ਸਾਨੂੰ ਲੱਗਦਾ 20 ਸਾਲ ਬਾਅਦ ਵੀ ਫੇਲ ਹੀ ਰਹੂਗਾ, ਕਿਉਂਕਿ ਛੋਟੀ ਇੰਡਸਟਰੀ ਨੂੰ ਸਰਕਾਰ ਕੋਈ ਸਹੂਲਤ ਨਹੀਂ ਦੇ ਰਹੀ, ਕੋਈ ਸਾਨੂੰ ਸਬਸਿਡੀ ਨਹੀਂ ਹੈ। ਬਾਰਡਰ ਏਰੀਆ ਹੋਣ ਕਰਕੇ ਵੀ ਸਾਡੇ 'ਤੇ ਕੋਈ ਸਾਨੂੰ ਇਨਸੈਂਟਿਵ ਨਹੀਂ ਹੈ। ਸਾਡੇ ਸੀਵਰੇਜ ਸਿਸਟਮ ਸਾਰਾ ਖਰਾਬ ਹੈ, ਸੜਕਾਂ ਦਾ ਹਾਲ, ਲਾਈਟਾਂ ਦਾ ਹਾਲ, ਕੋਈ ਬੰਦਾ ਜਗ੍ਹਾ ਬਾਹਰ ਲੈ ਕੇ ਰਾਜ਼ੀ ਹੈ, ਨਵੀਂ ਜਗ੍ਹਾ ਇੱਥੇ ਲਿਆ ਕੇ ਰਾਜ਼ੀ ਨਹੀਂ ਹੈ। ਨਵੇਂ ਇਸ ਫੋਕਲ ਪੁਆਇੰਟ 'ਚ ਬੰਦਾ ਕੋਈ ਆਉਣ ਨੂੰ ਤਿਆਰ ਨਹੀਂ ਹੈ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਫੋਕਲ ਪੁਆਇੰਟ ਨੂੰ ਜੇ ਦਿੰਦੇ ਰੱਖਣਾ, ਖਾਸ ਤੌਰ 'ਤੇ ਮੋਗੇ ਦੇ ਨੂੰ, ਅਤੇ ਇੱਥੇ ਸਾਨੂੰ ਸਹੂਲਤ ਦਿੱਤੀ ਜਾਵੇ। ਜੋ ਬਾਰਡਰ ਏਰੀਏ ਨੂੰ ਪਹਿਲਾਂ ਨਵੀਆਂ ਫੈਕਟਰੀਆਂ ਨੂੰ ਸਹੂਲਤ ਦਿੱਤੀ ਗਈ ਸੀ, ਅੱਜ ਵੀ ਉਹ ਦਿੱਤੀ ਜਾਵੇ, ਸਬਸਿਡੀ ਦਿੱਤੀ ਜਾਵੇ, ਸਾਨੂੰ GST 'ਚੋਂ ਛੋਟ ਦਿੱਤੀ ਜਾਵੇ। ਬਹੁਤ ਫੈਕਟਰੀਆਂ ਜਿਹਨੂੰ 0% ਟੈਕਸ ਸੀਗਾ, ਅੱਜ ਉਹਨੂੰ 20%, 18% ਹੈ। ਸਾਡੇ ਸੋਪ ਇੰਡਸਟਰੀ ਦੇ ਉੱਤੇ 6% ਟੈਕਸ ਹੁੰਦਾ ਸੀ, ਲਾਂਡਰੀ ਸੋਪ 'ਤੇ ਅੱਜ 18% ਹੈ। ਸਾਡੀ ਫੈਕਟਰੀ ਇਸ ਕਰਕੇ ਜੂਝ ਰਹੀ ਹੈ ਆਪਣੇ ਹਾਲਾਤਾਂ ਦੇ ਮੁਤਾਬਕ, ਸਰਕਾਰ ਦੇ ਕਾਨੂੰਨਾਂ ਦੇ ਮੁਤਾਬਕ। ਕੀ ਕੀ ਫੈਸਿਲਿਟੀਆਂ ਹੋਰ ਮਿਲਣੀਆਂ ਚਾਹੀਦੀਆਂ, ਜਿਵੇਂ ਸੜਕਾਂ ਦੀ ਬਹੁਤ ਬੁਰਾ ਹਾਲ ਹੈਗਾ, ਪਾਣੀ ਦੀ ਵਿਵਸਥਾ ਹੈ ਨਹੀਂ ਗੀ, ਲਾਈਟ ਦੀ ਬੜੀ ਪ੍ਰੋਬਲਮ ਰਹਿੰਦੀ ਹੈ ਇੱਥੇ। ਅਸੀਂ ਇੱਥੇ ਆਪਣਾ ਕਨੈਕਸ਼ਨ ਨਹੀਂ ਲੈ ਸਕਦੇ, ਆਪਣਾ ਕੋਈ ਅਸੀਂ ਮੱਛੀ ਮੋਟਰ ਨਹੀਂ ਲਾ ਸਕਦੇ। ਸਾਰੇ ਫੋਕਲ ਪੁਆਇੰਟ 'ਚ ਜਿਹੜੀ ਟੈਂਕੀ ਸਰਕਾਰ ਨੇ ਬਣਾ ਕੇ ਦਿੱਤੀ ਵੀ ਹੈ, ਉਹ ਬੰਦ ਪਈ ਹੈ, ਉਹ 'ਚ ਪਾਣੀ ਕਿਤੇ ਆ ਗਿਆ ਕਿਤੇ ਨਾ ਆ ਗਿਆ, ਲਾਈਟਾਂ ਜਗੀਆਂ ਗਈਆਂ ਨਾ ਜਗੀਆਂ, ਸੜਕਾਂ ਚੱਲੀਆਂ ਕਿ ਨਾ ਚੱਲੀਆਂ, ਕੋਈ ਇੰਡਸਟਰੀ ਇੱਥੇ ਆਉਣ ਨੂੰ ਤਿਆਰ ਨਹੀਂ, ਟਰਾਂਸਪੋਰਟ ਵੀ ਆਉਣ ਨੂੰ ਤਿਆਰ ਨਹੀਂ। ਸੀਵਰੇਜ ਸਿਸਟਮ ਇੰਨਾ ਬੁਰਾ ਹੈ, ਜਿਹੜਾ 1978 ਦੇ ਵਿੱਚ 6 ਇੰਚ ਦਾ ਬਣਾਇਆ ਸੀ, ਅੱਜ ਉਹ ਜੇ 16 ਇੰਚ ਦਾ ਵੀ ਹੋ ਜਾਵੇ ਤਾਂ ਵੀ ਛੋਟਾ। ਇਸ ਕਰਕੇ ਤੁਹਾਨੂੰ ਇਸ ਫੋਕਲ ਪੈਨਲ ਵਿੱਚ ਕੋਈ ਬੰਦਾ ਹੁਣ ਨਵਾਂ ਕੰਮ ਕਰਨ ਨੂੰ ਤਿਆਰ ਨਹੀਂ, ਨਵੀਂ ਕੋਈ ਇੰਡਸਟਰੀ ਲਾਉਣ ਨੂੰ ਤਿਆਰ। ਕਿੰਨੇ ਕੁ ਪਰਸੈਂਟ ਜਿਹੜੀ ਇੰਡਸਟਰੀ ਇੱਥੋਂ ਬਾਹਰ ਜਾ ਚੁੱਕੀ ਹੈ ਜੀ? ਕਮ ਸੇ ਕਮ 25% ਇੰਡਸਟਰੀ ਤਾਂ ਅੱਜ ਤੋਂ 10 ਸਾਲ ਪਹਿਲਾਂ ਚਲੀ ਗਈ ਸੀਗੀ, 25 ਹੁਣ ਤੱਕ ਫਿਰ ਜਾ ਚੁੱਕੀ, 100 ਚੋਂ 50 ਬੰਦੇ ਕੰਮ ਕਰਦੇ ਆ। ਖਾਲੀ ਪਲਾਟ ਉਵੇਂ ਪਏ ਆ ਜਿਵੇਂ ਅਲਾਟ ਹੋਏ ਸੀ, ਲੋਕ ਇੱਥੇ ਕੰਮ ਕਰਨ ਨੂੰ ਤਿਆਰ ਨਹੀਂ ਹੈ। GPS ਕਰਨਾ ਰੇਡੀਅਲ ਮੋਗਾ ਇੰਡਸਟਰੀ ਖਦਾ ਜੀ, ਜੇ ਗੱਲ ਕੀਤੀ ਜਾਵੇ ਮੋਗਾ ਫੋਕਲ ਪੁਆਇੰਟ, ਇੱਥੋਂ ਦੀ ਇੰਡਸਟਰੀ ਜਿਹੜੀ ਹੈ ਜ਼ਿਆਦਾਤਰ ਬਾਹਰਲੇ ਸਟੇਟਾਂ 'ਚ ਜਾ ਰਹੀ ਹੈ, ਕੀ ਕਾਰਨ ਹੈ? ਕਿਵੇਂ ਦੇਖੋ ਜੀ, ਇਸ ਇੱਥੋਂ ਦੀ ਜਿਹੜੀ ਇੰਡਸਟਰੀ ਸੀ, ਇੱਥੇ ਬਹੁਤ ਜ਼ਿਆਦਾ ਇੰਡਸਟਰੀ ਹੁੰਦੀ ਸੀ ਕਿਸੇ ਸਮੇਂ 'ਚ, ਅੱਜ ਤੋਂ ਕੋਈ 25-30 ਸਾਲ ਪਹਿਲਾਂ ਦੀ ਗੱਲ ਹੈ। ਇੱਥੇ ਜਿੰਨੀ ਵੀ ਐਗਰੀਕਲਚਰ ਇੰਪਲੀਮੈਂਟ ਦੀ ਮਸ਼ੀਨਰੀ ਹੈ, ਮੇਨ ਐਗਰੀਕਲਚਰ ਮਸ਼ੀਨਰੀ ਵਾਸਤੇ ਤਾਂ ਵੀਟ ਥਰੈਸ਼ਰ ਇੱਥੇ ਬਣਦਾ ਸੀ, ਇਹਨੂੰ ਸਿਟੀ ਆਫ ਥਰੈਸ਼ਰ ਕਿਹਾ ਜਾਂਦਾ ਸੀ। ਇੱਥੇ ਕੋਈ ਤਕਰੀਬਨ 300 ਯੂਨਿਟ ਦੇ ਕਰੀਬ ਸੀ ਕਿਸੇ ਸਮੇਂ 'ਚ। ਹਾਲਾਤ ਦੇ ਕੁਛ ਐਸੇ ਸਮੇਂ ਲੰਘੇ ਜਿਹਦੇ 'ਚ ਕੁਛ 10 ਸਾਲ ਪੀਰੀਅਡ ਜਿਹੜਾ ਪੰਜਾਬ 'ਚ ਮਾੜਾ ਲੰਘਿਆ, ਕੁਛ ਸਾਡੀਆਂ ਜਿਹੜੀਆਂ ਸਰਕਾਰਾਂ ਬਦਲਦੀਆਂ ਰਹੀਆਂ, ਉਹਨਾਂ ਦੇ ਵਿੱਚੋਂ ਵੀ ਸਾਨੂੰ ਜਿਹੜੀ ਸਮਾਲ ਇੰਡਸਟਰੀ ਨੂੰ ਸਹੂਲਤਾਂ ਸੀ ਉਹ ਅੱਜ ਬੰਦ ਹਨ। ਜਿਸ ਤਰ੍ਹਾਂ ਕਿ ਸਾਨੂੰ ਲੋਹਾ ਦਿੰਦੇ ਸੀ,
ਸਸਤੇ ਰੇਟ ਤੇ ਚੰਗਾ ਭਾਅ ਦਿੰਦੇ ਸੀ। ਅੱਜ ਉਹ ਸਾਨੂੰ ਬਾਜ਼ਾਰ ਦੇ ਵਿੱਚੋਂ ਜੋ ਪਾਲਿਸੀ ਇੰਡੀਆ ਗਵਰਨਮੈਂਟ ਦੀ ਬਣ ਗਈ ਉਹਦੇ ਮੁਤਾਬਕ ਅੱਜ ਜੋ ਬਾਜ਼ਾਰ ਦਾ ਰੇਟ ਹੈ ਉਹ ਚਾਹੇ ਸਮਾਲ ਇੰਡਸਟਰੀ ਵਾਲਾ ਚਾਹੇ ਉਹ ਹੈਵੀ ਇੰਡਸਟਰੀ ਵਾਲਾ ਉਹਨੂੰ ਬਾਜ਼ਾਰੋਂ ਹੀ ਲੈਣਾ ਪੈਂਦਾ ਹੈ। ਇਹਦਾ ਸੈਸ਼ਨ ਦਾ ਯੁੱਗ ਸੀ ਉਹਨੂੰ ਹੌਲੀ ਹੌਲੀ ਜਦੋਂ ਸਮਾਂ ਪੰਜਾਬ ਦੇ ਵਿੱਚ ਮਾੜਾ ਰਿਹਾ ਤੇ ਇੱਥੋਂ ਜਿਹੜੀ ਇੰਡਸਟਰੀ ਆ ਉਹ ਹੌਲੀ ਹੌਲੀ ਸ਼ਿਫਟ ਹੋਈ। ਉਸ ਤੋਂ ਬਾਅਦ ਅੱਜ ਜਿਹੜਾ ਉਸ ਇਹਦੇ ਤੇ ਐਗਰੀਕਲਚਰ ਇੰਪਲੀਮੈਂਟ ਤੇ ਟੋਟਲੀ ਕੋਈ ਪਹਿਲਾਂ ਸੇਲ ਟੈਕਸ ਸੀ ਪੇ ਵੈਟ ਸੀ ਉਹ ਬਿਲਕੁਲ ਨਹੀਂ ਸੀ ਹੁੰਦਾ, 0% ਸੀ। ਅਸੀਂ ਜੋ ਪਰਚੇਜ ਕਰਦੇ ਸੀ ਪਰਚੇਜ ਟੈਕਸ ਦੇ ਕੇ ਆਉਂਦੇ ਸੀ, ਸੇਲ ਦੇ ਉੱਤੇ ਜ਼ਿਮੀਦਾਰ ਤੋਂ ਅਸੀਂ ਕੁਛ ਨਹੀਂ ਸੀ ਲੈਂਦੇ। ਅੱਜ ਜਦੋਂ ਦਾ GST ਲਾਗੂ ਹੋਇਆ ਐਗਰੀਕਲਚਰ ਇੰਪਲੀਮੈਂਟ ਐਂਡ ਪਾਰਟਸ ਦੇ ਉੱਤੇ 12% GST ਲਾਗੂ ਕਰ ਦਿੱਤਾ ਗਿਆ, ਜੋ ਕਿ ਅਸੀਂ ਜਾਂ ਜ਼ਿਮੀਦਾਰ ਉਹ ਸਾਡਾ ਜ਼ਿਮੀਦਾਰ ਤੇ ਬੋਝ ਹੈ ਸਿੱਧਾ। ਅਸੀਂ ਜਦੋਂ ਉੱਥੋਂ ਲੈਂਦੇ ਹਾਂ ਤਾਂ ਜ਼ਿਮੀਦਾਰ ਕੋਲ ਵੀ ਪੈਸੇ ਹੈ ਨਹੀਂ, ਉਹਦੀ ਇਕੋਨਮੀ ਬਹੁਤ ਮਾੜੀ ਹੈ, ਠੀਕ ਨਹੀਂ ਚੱਲ ਰਹੀ, ਇਸ ਕਰਕੇ ਇਸ ਇੰਡਸਟਰੀ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ। ਜਦਕਿ ਇਸੇ ਵਿੱਚੋਂ ਇੰਡਸਟਰੀ ਇੱਕ ਸੈਲਰ ਇੰਡਸਟਰੀ ਸੀ ਜਿਹੜੀ ਕਿ ਬਰਾਬਰ 0% ਤੇ ਹੁੰਦੀ ਸੀ, ਉਹਦੇ ਤੇ ਟੈਕਸ ਵੀ ਸੀ ਹੁੰਦਾ। ਅੱਜ ਜਦੋਂ ਸੈਲਰ ਇੰਡਸਟਰੀ ਹੈ ਉਹਦੇ ਉਹਨੂੰ 5% ਦੇ ਵਿੱਚ ਰੱਖਿਆ ਗਿਆ, ਜਿਹੜੀ ਸਾਡੀ ਜ਼ਿਮੀਦਾਰ ਨਾਲ ਸਿੱਧੀ ਸੰਬੰਧਿਤ ਕਰ ਲੈ ਉਹਨੂੰ 12% ਚ ਲੈ। ਜੇ ਗੱਲ ਕਰੀਏ ਕਿਸਾਨਾਂ ਦੀ, ਕਿਸਾਨਾਂ ਦੇ ਵਾਸਤੇ ਇੱਥੋਂ ਬਹੁਤ ਚੀਜ਼ਾਂ ਜਿਹੜੀਆਂ ਉਹਨਾਂ ਦੇ ਡੇਲੀ ਵਰਤੋਂ ਦੇ ਵਿੱਚ ਬਣਦੀਆਂ ਸੀਗੀਆਂ ਉਹ ਹੁਣ ਬਿਲਕੁਲ ਨਹੀਂ ਬਣਦੀਆਂ ਇੱਥੇ, ਉਹਦਾ ਮੇਜਰ ਕਾਰਨ ਕੀ ਸਮਝਦੇ? ਜ਼ਿਮੀਦਾਰ ਉਹਦੇ ਕੋਲ ਇੱਕ ਤਾਂ ਜੋ ਪਹਿਲਾਂ ਸਮਾਨ ਲੈ ਗਿਆ ਹੁਣ ਉਹਦੇ ਕੋਲ ਪੈਸੇ ਇੰਨੇ ਹੈ ਨਹੀਂ ਕਿ ਉਹ ਨਵੀਂ ਚੀਜ਼ ਹਰ ਵਾਰੀ ਬਣਾਵੇ, ਉਹ ਜ਼ਰੂਰਤ ਮੁਤਾਬਕ ਮਜਬੂਰੀ ਬਸ ਲੈ ਰਿਹਾ, ਅਦਰਵਾਈਜ਼ ਉਹ ਪੈਸੇ ਉਹਦੇ ਕੋਲ ਹੈ ਨਹੀਂ ਗੇ, ਉਹ ਖਰਚ ਨਹੀਂ ਕਰ ਰਿਹਾ। ਗੱਲ ਕਰੀਏ ਫੋਕਲ ਪੁਆਇੰਟ ਦੇਖਣ ਨੂੰ ਆਇਆ ਕਿ ਨਾ ਤਾਂ ਇੱਥੇ ਕੋਈ ਸੜਕਾਂ ਦੀ ਫੈਸਿਲਿਟੀ ਹੈਗੀ ਹੈ, ਨਾ ਕੋਈ ਨਾ ਪਾਣੀ ਦਾ ਅਰੇਂਜਮੈਂਟ ਹੈਗਾ, ਬਿਲਡਿੰਗਾਂ ਵੀ ਜਿਹੜੀਆਂ ਕੋਈ ਨਵੀਆਂ ਨਹੀਂ ਬਣੀਆਂ, ਉਸ ਤੋਂ ਬਾਅਦ ਜਿਹੜੀਆਂ ਪਹਿਲਾਂ ਬਣ ਗਈਆਂ ਬਣ ਗਈਆਂ। ਇੱਥੇ 70-78 ਜੇ ਫੋਕਲ ਪੁਆਇੰਟ ਆਬਾਦ ਹੋਇਆ ਸੀ, ਉਸ ਤੋਂ ਪਹਿਲਾਂ ਸਾਰੀ ਇੰਡਸਟਰੀ ਸ਼ਹਿਰ ਚੱਲਦੀ ਸੀ। ਉਹ ਇਹ ਫੋਕਲ ਪੁਆਇੰਟ ਬਣਨ ਤੋਂ ਬਾਅਦ 25-30 ਸਾਲ ਇੱਥੇ ਕੋਈ ਸੜਕ ਵੀ ਨਹੀਂ ਬਣੀ, ਕੋਈ ਸੀਵਰੇਜ ਜਿਹੜੀ ਸੀ ਉਹ ਸਾਰਾ ਟੋਟਲੀ ਇਕੱਠਾ ਕਰਕੇ ਇੱਕ ਤਾਂ ਖੂਹ ਬਣਾ ਕੇ ਇਕੱਠਾ ਕਰਤਾ, ਉਹਨੂੰ ਡਿਸਪੋਜ਼ ਕਰਨ ਦਾ ਕੋਈ ਸਿਸਟਮ ਨਹੀਂ ਸੀ। ਜਦੋਂ ਦਾ ਫੋਕਲ ਪੁਆਇੰਟ ਬਣਿਆ ਇਹ ਸੋਚ ਹੀ ਨਹੀਂ ਸੀ। ਫਿਰ ਇਹ ਅੱਜ ਤੋਂ 10 ਸਾਲ ਪਹਿਲਾਂ ਜਦੋਂ ਮੈਂ ਇੱਥੇ ਆਇਆ ਫੋਕਲ ਪੁਆਇੰਟ ਦੇ ਵਿੱਚ, ਉਸ ਤੋਂ ਬਾਅਦ ਅਸੀਂ 5-8 ਕਰਕੇ ਜਿਹੜਾ ਸੀਵਰੇਜ ਦਾ ਸਿਸਟਮ ਸੀ ਉਹਨੂੰ ਚਾਲੂ ਕਰਵਾਇਆ, ਸੜਕਾਂ ਬਣਾਈਆਂ, ਲੇਕਿਨ ਉਸ ਗੱਲ ਨੂੰ ਵੀ 10 ਸਾਲ ਤੋਂ ਹੋ ਗਏ। ਅੱਜ ਫਿਰ ਸੜਕਾਂ ਟੁੱਟ ਗਈਆਂ, ਬਿਜਲੀ ਪਾਣੀ ਜਿਹੜੀ ਆ ਉਹ ਕੋਈ ਹੈ ਨਹੀਂ ਗਾ, ਸਟਰੀਟ ਲਾਈਟਾਂ ਬੜੀਆਂ ਮੁਸ਼ਕਿਲ ਨਾਲ ਚਾਲੂ ਹੋ ਰਹੀਆਂ, ਯਾਨੀ ਟੋਏ ਅੱਜ ਪਏ ਆ। ਅੱਜ ਇਹਦੀ ਅਸਾਰ ਲਈ ਜਾਵੇ ਤਾਂ ਇਹ ਫਿਰ ਇੰਡਸਟਰੀ ਦੁਆਰਾ ਥੋੜੀ ਜਿਹੀ ਉੱਠ ਸਕਦੀ ਹੈ। ਸਹਾਇਤਾ ਲੈਣੀ ਚਾਹੀਦੀ ਸਰਕਾਰ, ਕੀ ਇਹਦੇ ਤੇ ਜ਼ਿਆਦਾ ਧਿਆਨ ਦੇਵੇ ਤੁਹਾਡੇ ਹਿਸਾਬ ਨਾਲ? ਕਿਉਂਕਿ ਜਿਹੜੀ ਸਮਾਲ ਸਕੇਲ ਇੰਡਸਟਰੀ ਹੈ ਇਹਨੂੰ ਪਹਿਲਾਂ ਤਾਂ ਟੈਕਸ 0% ਹੀ ਚਾਹੀਦਾ। ਅਸੀਂ ਪਰਚੇਜ ਟੈਕਸ ਅਸੀਂ ਦੇ ਕੇ ਆਉਂਦੇ ਹਾਂ ਜ਼ਿਮੀਦਾਰ ਦੇ ਕੋਲੋਂ, ਅਸੀਂ ਜੋ ਅੱਧ ਅਸੀਂ ਲੈ ਨਹੀਂ ਸਕਦੇ, ਇਨਕਲੂਡ ਅਸੀਂ ਕਰ ਨਹੀਂ ਸਕਦੇ। ਸਾਨੂੰ ਇਹਦੇ ਤੇ ਜੋ GST ਹੈ ਉਹ ਅਲੱਗ ਕਹਿ ਕੇ ਜ਼ਿਮੀਦਾਰ ਤੋਂ ਅਲੱਗ ਲੈਣਾ ਪਊਗਾ ਵੀ ਆਹ 12% ਇਹਦੇ ਚ ਸਰਕਾਰ ਦਾ ਹੈਗਾ ਜਿਹੜਾ ਅਸੀਂ ਲੈ ਰਹੇ ਹਾਂ, ਉਹ ਇਸ ਤੋਂ ਭਾਈ ਲੋਕ ਵੀ ਇਹ ਨਹੀਂ ਅਸੀਂ ਵਧੀਆ। ਹੁਣ ਕਿੰਨੇ % ਇੰਡਸਟਰੀ ਜਿਹੜੀ ਇੱਥੋਂ ਬਾਹਰ ਜਾ ਚੁੱਕੀ ਹੈ ਤੁਹਾਡੇ ਹਿਸਾਬ ਨਾਲ? ਦੇਖੋ 10-15 ਸਾਲ ਪਹਿਲਾਂ ਪਿਛਲੀਆਂ ਜਿਹੜੀ ਗਈ ਆ ਉੱਥੇ ਉਹਦੀ ਕਾਫੀ ਇੰਡਸਟਰੀ ਜਿਹੜੀ ਐਗਰੀਕਲਚਰ ਵਾਲੀ ਬਾਹਰ ਚਲੀ ਗਈ, ਉਹਦੇ ਤੋਂ ਮੇਰਾ ਖਿਆਲ 10-15% ਰਹਿ ਗਈ ਜੋ ਪਹਿਲਾਂ ਸਮੇਂ ਸੀ। ਜੇ ਅੱਜ ਤੋਂ 30 ਸਾਲ ਪਹਿਲਾਂ ਦੀ ਗੱਲ ਵੇਖੀਏ ਉਹਦੇ ਮੁਤਾਬਕ ਤਾਂ ਅੱਜ 10% ਇੰਡਸਟਰੀ ਰਹਿ ਗਈ ਮੋਗੇ ਦੇ ਵਿੱਚ। ਇੱਥੇ ਕੀ ਹੈ ਵੀ ਦੇਖੋ ਜਿਹੜੇ ਤੱਕ ਹੈਗੇ ਅਸੀਂ ਆਪਦੇ ਸਰਵੇ ਵੀ ਕਰਵਾ ਰਹੇ ਹਾਂ, ਸਭ ਕੁਛ ਕਰ ਰਹੇ ਹਾਂ ਵੀ ਉਹਨਾਂ ਨੂੰ ਜਿਹੜੀ ਪ੍ਰੋਬਲਮ ਆ ਰਹੀ ਹੈ ਉਹਨੂੰ ਅਸੀਂ ਸੋਲਵ ਕਰੀਏ।
ਪਰ ਪੰਜਾਬ ਸਰਕਾਰ ਵੱਲੋਂ ਇੰਡਸਟਰੀ ਪਾਲਿਸੀ ਜਿਹੜੀ 17 ਅਕਤੂਬਰ 2017 'ਚ ਲਾਂਚ ਕਰਤੀ, ਉਹਦੇ 'ਚ ਬੜੇ ਬੈਨੀਫਿਟ ਦੇ ਰਹੇ ਹਾਂ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਦੀ ਇੱਕ ਸਿੰਗਲ ਵਿੰਡੋ ਸਥਾਪਿਤ ਕੀਤੀ ਗਈ ਹੈ ਕਿ ਜਿਹੜੀਆਂ ਲੋਕਲ ਇੰਡਸਟਰੀਜ਼ ਦੀਆਂ ਪ੍ਰੋਬਲਮਾਂ ਹੈਗੀਆਂ, ਬੇਸ਼ੱਕ ਉਹ ਫੋਕਲ ਪੁਆਇੰਟ ਦੀ ਹੈ ਜਾਂ ਇਹਨਾਂ ਦੀ ਰੋਡਸ ਦੀ ਹੈ ਜਾਂ ਸੀਵਰ ਦੀ ਹੈ ਜਾਂ ਹੋਰ ਡੀ ਸਾਹਿਬ ਦੀ ਚੇਅਰਮੈਨਸ਼ਿਪ 'ਚ ਅਸੀਂ ਇਹਨਾਂ ਦੀ ਕਰਾ ਕੇ ਇਹਨਾਂ ਤੋਂ ਪਹਿਲਾਂ ਵੀ ਜੋ ਇਹਨਾਂ ਦੇ ਸੁਝਾਅ ਲੈ ਕੇ ਅਸੀਂ ਮਤਲਬ ਆਪਦੇ ਮੁੱਖ ਦਫ਼ਤਰ ਨੂੰ ਭੇਜਦੇ ਰਹਿੰਦੇ ਹਾਂ ਕਿ ਜਾਂ ਇਹਨਾਂ ਦੀ ਪ੍ਰੋਬਲਮ ਹੈ। ਪਰ ਆਉਣ ਵਾਲੇ ਫਿਊਚਰ ਸਾਨੂੰ ਹੈ ਵੀ ਜਿਵੇਂ ਸਰਕਾਰ ਦੀ ਪਾਲਿਸੀ ਬਣ ਕੇ ਜਿਹੜੀ ਇੰਡਸਟਰੀ ਬੰਦ ਹੋ ਚੁੱਕੀ ਹੈ ਜਾਂ ਇਹਨਾਂ ਨੂੰ ਪ੍ਰੋਬਲਮ ਹੈ, ਅਸੀਂ ਆਉਣ ਵਾਲੇ ਟਾਈਮ 'ਚ ਅਸੀਂ ਕਹਿੰਦੇ ਹਾਂ ਕਿ ਇਹਨਾਂ ਨੂੰ ਅਸੀਂ ਸੋਲਵ ਕਰ। ਲੋਕਾਂ ਦਾ ਕਹਿਣਾ, ਇੰਡਸਟਰੀ ਦਾ ਕਹਿਣਾ, ਵਹੀਕਲ ਅੰਦਰ ਆਉਣ ਵਾਸਤੇ ਸੜਕਾਂ ਦੀ ਬੜੀ ਪ੍ਰੋਬਲਮ ਹੈਗੀ ਹੈ, ਪਾਣੀ ਦੀ ਬੜੀ ਪ੍ਰੋਬਲਮ ਹੈ। ਇਹ ਵੀ ਅਸੀਂ ਦੇਖੋ ਪਿੱਛੇ ਜਿਹੀ ਵੀ ਮੀਟਿੰਗ ਕੀਤੀ, ਕੋਈ ਨਹੀਂ ਕੀਤੀ, ਹੁਣ ਵੀ ਅਸੀਂ ਇੰਡਸਟਰੀਸਟਾਂ ਨੂੰ ਇੱਥੇ ਕਿ ਕਲਸਟਰ ਬਣਾਉਣ ਜਾ ਰਹੇ ਹਾਂ। ਮੈਂ ਖੰਨਾ ਜੀ ਨਾਲ ਵੀ ਕੀਤੀ, ਹੋਰ ਵੀ ਕੀਤੀ ਅਤੇ ਜਿਹੜੀ ਤੁਹਾਡੀ ਪ੍ਰੋਬਲਮ ਹੈ ਲਿਖਤੀ ਰੂਪ 'ਚ ਕਰੋ। ਜਦੋਂ ਅਸੀਂ ਨੀਤੀ ਆਯੋਗ ਦੀ ਮੀਟਿੰਗ 'ਚ ਬੈਕਵਰਡ ਡਿਸਟ੍ਰਿਕਟ ਡਿਕਲੇਅਰ ਕੀਤਾ, ਉਦੋਂ ਅਸੀਂ ਸਾਰੇ ਜ਼ਿਲ੍ਹੇ ਦੇ ਇੰਡਸਟਰੀਸਟ ਇੱਥੇ ਦੇ ਬੁਲਾਏ ਸੀ, ਉੱਥੇ ਵੀ ਡੀ ਸਾਹਿਬ ਦੀ ਪ੍ਰਧਾਨਗੀ 'ਚ ਇਹ ਪੁੱਛਿਆ ਗਿਆ ਕਿ ਜੇ ਤੁਹਾਨੂੰ ਜਿਹੜੀ ਲਿਖਤੀ ਰੂਪ 'ਚ ਕੋਈ ਪ੍ਰੋਬਲਮ ਆਉਂਦੀ ਅਸੀਂ ਸੋਲਵ ਕਰੀਏ। ਪਰ ਇਹਨਾਂ ਨੇ ਸਿਰਫ ਉਹੀ ਸੁਝਾਅ ਮੈਕਸੀਮ ਭੇਜੇ ਕਿ ਜੇ ਸਾਨੂੰ ਬੈਕਵਰਡ ਡਿਸਟ੍ਰਿਕਟ ਨੀਤੀ ਆਯੋਗ ਨੇ ਕੀਤਾ ਉਹਦੇ ਮੁਤਾਬਕ ਸਾਨੂੰ ਆਹ ਬੈਨੀਫਿਟ ਹੋਣੀ ਚਾਹੀਦੀ ਹੈ। ਇਹਨਾਂ ਦੀ ਰਿਪੋਰਟ ਮੁਤਾਬਕ ਅਸੀਂ ਨੀਤੀ ਆਯੋਗ ਨੂੰ ਆਪਣੇ ਜੋ ਵੀ ਸੁਝਾਅ ਸੀ MSCM ਨੂੰ ਭੇਜ ਚੁੱਕੇ। ਮੋਗਾ ਤੋਂ ਹਰਪਾਲ ਸਿੰਘ ਦੀ ਰਿਪੋਰਟ।